ਉੱਤੇ ਚੀਜ਼ ਹੋ ਜਾਂਦੀ ਹੈ ਨਾ ਉਹ ਹੈਗੇ ਆਕਾਲਪੁਰਖ ਦੀ ਫੌਜ ਬਾਕੀ ਅਸੀਂ ਸਾਰੇ ਸਿੱਖ ਹੀ ਆ ਜਿੰਨਾ ਅਸੀਂ ਸਿੱਖਦੇ ਆ ਨਾ ਇਸ ਧਰਤੀ ਤੇ ਆ ਕੇ ਉਹਨੇ ਸਾਡੇ ਲਈ ਬੈਸਟ ਆ ਕਿਉਂਕਿ ਇਹ ਸਾਡੀ ਜਰਨੀ ਆ ਸਾਨੂੰ ਬਾਦਸ਼ਾਹ ਨੇ ਭੇਜਿਆ ਇਸ ਇਸ ਲਈ ਆ ਆਕਾਲਪੁਰਖ ਨੇ ਸਾਨੂੰ ਭੇਜਿਆ ਇਸ ਲਈ ਆ ਕਿ ਯੂ हैव टू ਗੋ ਥਰੂ ਦ ਜਰਨੀ ਨਾ ਤੁਹਾਨੂੰ ਆ ਸਾਰਾ ਕੁਝ ਸਿੱਖਣਾ ਪੈਣਾ ਆ ਤੇ ਸੈਕ ਸੈਕ ਕੇ ਫੇਰ ਤੁਸੀਂ ਅੱਗੇ ਬਦਲਣਾ ਆ ਨਾ ਤਾਂ ਹੀ ਸਾਨੂੰ ਸਾਰਾ ਕੁਝ ਜੋ ਵੀ ਪੁਰਾਣਾ ਸੀਗਾ ਧਰਮ ਸੀਗਾ ਜਾਂ ਕੁਝ ਵੀ ਸੀਗੇ ਜਿੰਨੇ ਵੀ ਹਨ ਉਹਨਾਂ ਸਾਰਿਆਂ ਨੂੰ ਛੋੜ ਕਰਕੇ ਸਾਨੂੰ ਸੋਖੇ ਰੂਪ ਵਿੱਚ ਸਾਨੂੰ ਪਾਤਸ਼ਾਹ ਦੇ ਕੇ ਗਏ ਆ ਬਟ ਵਾਟ ਵੀ ਡੂ ਵੀ ਟੇਕ ਐਜ਼ ਇ ਫੋਰ ਗਰੰਟਿਡ ਹਨਾ ਅਸੀਂ ਸੋਇਦੇ ਹਾਂ ਨੇ ਠੀਕ ਆ ਕੋਈ ਗੱਲ ਨਹੀਂ ਹਨਾ ਇਹ ਚੱਲਦਾ ਇਦਾਂ ਪਰ ਇਦਾਂ ਨਹੀਂ ਹੈਗਾ ਉਹ ਜਿਹੜੀ ਜਿਹੜੀ ਗਰਵਾਣੀ ਦੇ ਕੇ ਗਏ ਨਾ ਸਾਨੂੰ ਪੋਥੀ ਸਾਫ ਦੇ ਕੇ ਗਏ ਆ ਉਹ ਬਹੁਤ ਕੀਮਤੀ ਚੀਜ਼ ਆ ਉਹਨੂੰ ਸਮਝਣ ਦੀ ਲੋੜ ਆ ਇਦਾਂ ਨਹੀਂ ਹੈਗਾ ਸੁਣ ਕੇ ਜਾਂ ਉਹਨੂੰ ਇਦਾਂ ਕਰਕੇ ਤਾਂ ਇੱਧਰ ਉੱਧਰ ਨਿਗਾ ਮਾਰ ਲੈਣੀ ਉਹ ਇਦਾਂ ਬਿਲਕੁਲ ਨਹੀਂ ਹੈਗਾ ਉਹਨੂੰ ਸਮਝਣਾ ਪੈਣਾ ਆ ਉਹਨੂੰ ਸਮਝ ਕੇ ਸਾਨੂੰ ਪਤਾ ਕਰਨਾ ਪੈਣਾ ਕਿ ਪਾਤਸ਼ਾਹ ਅਸਲ ਵਿੱਚ ਕਹਿ ਕੀ ਰਿਹਾ ਹੈ ਹੈਨਾ ਇਦਾਂ ਨਹੀਂ ਹੈਗਾ ਉਹ ਖਰਮੀ ਹੈਗੇ ਇਕੱਲੇ ਹੈਨਾ ਉਹ ਪੂਰੇ ਮੰਤਰੀਆ ਪੂਰੀ ਮੰਤਰਣਾ ਹੈ ਉਹ ਹੈਨਾ ਤੇ ਉਹਦੇ ਲਈ ਫਿਰ ਸਾਨੂੰ ਸਾਨੂੰ ਕਰਤ ਕਰਨੀ ਪੈਂਦੀ ਆ ਜਦੋਂ ਸਿੱਖੇ ਕਰਦੇ ਆ ਨਾ ਫਿਰ ਸਾਨੂੰ ਪਤਾ ਲੱਗਦਾ ਹੈ ਕਹਾਣੀ ਅਸਲ ਵਿੱਚ ਹੈਗੀ ਕੀ ਹੈ ਜਦੋਂ ਪਾਸ਼ਾ ਕਹਿੰਦਾ ਹੈ ਕਿ ਜਿਹੜੀ ਜਿਹੜੀ ਤੁਸੀਂ ਦੁਨੀਆ ਦੇਖਦੇ ਆ ਇਹ ਸਾਰੀ ਝੂਠੀ ਆ ਇਦਾਂ ਨਹੀਂ ਹੈਗਾ ਉਹ ਆਪਾਂ ਲੀਕ ਮਾਰ ਦੜੀ ਨਾ ਠੀਕ ਹੈ ਪਾਸ਼ਾ ਜਿਹੜੀ ਗੱਲ ਕਹਦੇ ਝੂਠੀ ਦੀ ਉਹ ਸਾਨੂੰ ਗਰਵਾਣੇ ਵਿੱਚੋਂ ਪਤਾ ਲੱਗਣੀ ਇਹ ਝੂਠੀ ਕਾਤੇ ਆ ਉਹ ਜਦੋਂ ਸਾਡਾ ਸਟੈਪ ਉੱਪਰ ਹੋ ਗਿਆ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਝੂਠੀ ਐਸ ਲਈ ਆ ਇੰਦਾਂ ਨਹੀਂ ਹੈਗਾ ਅਸੀਂ ਉਦਾਂ ਹੀ ਕਹਦੇ ਨਾਲ ਨੈਣੀ ਛੁੱਟੀ ਆ ਸਾਰਾ ਕੁਝ ਇਦਾਂ ਨਹੀਂ ਹੈਗਾ ਜਿਹੜਾ ਨਾ ਪੁੱਤੀ ਸਾਹਿਬ ਸਰਪ ਪਰਿਆ ਪਿਆ ਤੁਹਾਨੂੰ ਜਿਹੜੀਆਂ ਭਾਉ ਦੇ ਉਸ ਜਿਹੜਾ ਹੈਗਾ ਕਾਲਪੁਰਖ ਉਹਦੇ ਪ੍ਰੇਮ ਦੇ ਨਾਲ ਬੰਨਣ ਲਈ ਹਨਾ ਉਹਦੇ ਚਰਨਾਂ ਵਿੱਚ ਬੈਠਣ ਲਈ ਐਕਸੈਪਟ ਉਸ ਵਿੱਚ ਚੋਣ ਲਈ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਸਾਰਾ ਕੁਝ ਇਦਾਂ ਕਰ ਲੈ ਅਸੀਂ ਕੀ ਕਰਦੇ ਆ ਅਸੀਂ ਸ਼ਾਮਸ ਵਰ ਪੜਦੇ ਆ ਜਾਂ ਸੁਣਦੇ ਆ ਬਸ ਠੀਕ ਠਾਕ ਹੀ ਆਪਣੀ ਲਾਈਫ ਚੱਲ ਜਾਂਦੀ ਹੈ ਨਹੀਂ ਉਹਨੂੰ ਸੁਣਨਾ ਆ